ਅਸੀਂ ਨਾ ਮੰਦਿਰ ਜਾ ਰਹੇ ਸੀ ਸਵੇਰੇ। ਮੈਂ ਰੋਜ਼ ਹੀ ਜਾਂਦੀ ਹਾਂ ਵੈਸੇ ਮੰਦਿਰ ਸਵੇਰੇ 7:45। ਮੇਰਾ ਬੇਟਾ ਬਾਹਰ ਖੜਾ ਸੀ ਗੇਟ ਦੇ, ਲੜਕੇ ਨੇ ਨਾ 2-3 ਗੇੜੇ ਕੱਟੇ। ਇਹਨੇ ਕਿਹਾ ਵੀ ਆ ਮੰਮੀ ਇੱਕ ਲੜਕਾ ਨਾ ਸਾਈਕਲ 'ਤੇ ਗੇੜੇ ਕੱਟ ਰਿਹਾ। ਮੈਂ ਕਿਹਾ ਬੇਟੇ ਕੋਈ ਅਖਬਾਰ ਵਾਲਾ ਹੋਊਗਾ, ਵੈਸੇ ਗੇੜੇ ਕੱਟ ਰਿਹਾ। ਅਸੀਂ ਮੰਦਿਰ ਗਏ, ਮੰਦਿਰ ਸਾਡੇ ਪਿੱਛੇ ਪਿੱਛੇ, ਮੈਂ ਦੇਖਿਆ ਵੀ ਮੁੜ ਕੇ ਫੋਨ 'ਤੇ ਗੱਲ ਕਰ ਰਿਹਾ ਸੀ। ਫਿਰ ਮੈਂ ਰੁਕ ਗਈ 2 ਮਿੰਟ, ਉਹ ਕਿਲੇ ਵਾਲੀ ਸਾਈਡ ਨਾ ਉੱਧਰੋਂ ਮੁੜ ਗਿਆ, ਮੰਦਿਰ ਉੱਧਰ ਸਾਈਡ ਆ ਰਾਮਦੇਵ ਮੰਦਿਰ। ਚਲੋ ਲੰਘ ਗਿਆ, ਅਸੀਂ ਮੱਥਾ ਟੇਕਿਆ, ਅਸੀਂ ਮੱਥਾ ਟੇਕ ਕੇ ਵਾਪਿਸ ਆਏ, ਸਾਡੇ ਪਿੱਛੇ ਕੋਈ ਨਹੀਂ ਸੀ। ਬੱਚੇ ਨੂੰ ਮੈਨੇ ਨਾਲ ਵਾਲੀ ਸ਼ੋਪ 'ਤੇ ਭੇਜਤਾ, ਮੈਂ ਕਿਹਾ ਬੇਟੇ ਜਾ ਕੇ ਨਾ ਉਹ ਲਿਆ ਰਾਜਮਾ ਵਗੈਰਾ, ਸਬਜ਼ੀ ਬਣਾ ਲਾਂਗੇ। ਇਹ ਐਕਚੁਅਲੀ ਨੀਚੇ ਸਾਡਾ ਬਣ ਰਿਹਾ, ਰਿਪੇਅਰ ਹੋ ਰਿਹਾ ਸਾਰਾ। ਅਤੇ ਮੈਂ ਬਾਥਰੂਮ ਸਾਫ਼ ਕਰਨ ਲੱਗ ਗਈ, ਮੈਂ ਕਿਹਾ ਅੱਜ ਉਹ ਬਿਜਲੀ ਵਾਲਿਆਂ ਨੇ ਆਉਣਾ ਵੀ ਚਲੋ ਥੋੜ੍ਹੀ ਸਫਾਈ ਕਰ ਦਿੰਦੇ ਹਾਂ। ਉਹ ਕਿਚਨ 'ਚ ਬੈਠਾ ਸੀ, ਲੋਕ ਡੰਬਲ ਚੱਕਿਆ ਵੈਸੇ, ਉਹਨੇ ਬੈਕ ਤੋਂ ਆ ਕੇ ਮੇਰੇ ਡੰਬਲ ਮਾਰੇ, ਪਹਿਲਾਂ ਗਰਦਨ 'ਤੇ। ਹਾਂ ਪਹਿਲਾਂ ਹੀ, ਸਾਡੇ ਆਉਣ ਤੋਂ ਪਹਿਲਾਂ ਹੀ ਅੰਦਰ ਸੀਗਾ ਉਹ। ਤੁਹਾਨੂੰ ਫੋਲੋ ਕਰ ਰਿਹਾ ਸੀ? ਹਾਂਜੀ, ਕਹਿ ਤਾਂ ਰਹੀ ਹਾਂ ਸਵੇਰ ਦਾ ਪਿੱਛਾ ਕਰ ਰਿਹਾ ਜਦੋਂ ਅਸੀਂ ਮੰਦਿਰ ਗਏ ਨਾ। ਮੈਨੂੰ ਐਸੀ ਕੋਈ ਅਖਬਾਰ ਵਾਲਾ ਸਾਈਕਲ ਵੀ ਐਸੀ ਸੀ, ਟੋਕਰੀ ਵਾਲੀ ਸਾਈਕਲ ਸੀ ਵੀ ਉਹਦੀ, ਕੈਪ ਪਾਈ ਸੀ। ਨਹੀਂ ਪਹਿਲਾਂ ਨਹੀਂ, ਫਸਟ ਟਾਈਮ ਹੀ ਦੇਖਿਆ ਅੱਜ। ਮੈਂ ਰੋਜ਼ ਹੀ ਜਾਂਦੀ ਹਾਂ ਮੰਦਿਰ। ਫਿਰ ਉਹਨੇ ਪਿੱਛੋਂ ਦੀ ਹਮਲਾ ਕੀਤਾ, ਪਹਿਲਾਂ ਗਰਦਨ 'ਤੇ ਮਾਰਿਆ ਡੰਬਲ। ਮੈਨੂੰ ਐਸੀ ਬੱਚੇ ਨੇ ਨਾ ਕੋਈ ਪਾਣੀ ਵਾਲਾ ਬੈਲੂਨ ਮਾਰਿਆ, ਬੱਚਾ ਖੇਡਦਾ, ਉਹ ਬੜੀ ਸਲੋਅ ਜਿਹਾ ਲੱਗਿਆ। ਮੈਨੇ ਪਿੱਛੇ ਦੇਖਿਆ ਹੀ ਨਹੀਂ, ਉਹਨੇ ਠਾ ਠਾ ਬੈਲੂਨ ਡੰਬਲ ਸਿਰ ਦੇ ਵਿੱਚ ਬੜੀ ਜ਼ੋਰ ਦੀ ਖੂਨ ਖੂਨ ਕਰਤਾ। ਫਿਰ ਚਾਕੂ ਕੱਢ ਲਿਆ, ਜੇਬ 'ਚੋਂ ਹੀ ਕੱਢਿਆ ਉਹਨੇ, ਇੱਥੇ ਤੱਕ ਲੈ ਆਇਆ ਚਾਕੂ। ਮੈਂ ਵੀ ਘਬਰਾ ਗਈ ਵੀ ਮੈਂ ਗਈ ਹੁਣ, ਬੱਚੇ ਨੇ ਆ ਕੇ ਗੇਟ ਖੋਲਤਾ, ਬਸ ਉਹ ਚਾਕੂ ਵਿੱਚ ਪਾ ਕੇ ਫਿਰ ਭੱਜ ਗਿਆ। ਫਿਰ ਮੈਂ ਉਹਦਾ ਪਿੱਛਾ ਵੀ ਕੀਤਾ ਵੀ ਚਲੋ ਸਾਈਕਲ ਦੇ ਫੜਾਂ, ਪਰ ਨਹੀਂ ਹੋਇਆ ਨਹੀਂ ਕੁਛ। ਫਿਰ ਮੈਂ ਬੇਹੋਸ਼ ਹੋ ਗਈ ਬਾਹਰ ਆ ਕੇ, ਫਿਰ ਨਾਲ ਵਾਲੇ ਮੈਨੂੰ ਲੈ ਆਏ ਹੋਸਪਿਟਲ। ਕਿਸ ਤਰ੍ਹਾਂ ਦੀ ਨਿਯਤਣਾ ਤੁਹਾਨੂੰ ਲੱਗਦਾ ਸੀਗਾ ਕਿ ਉਹ ਆਇਆ? ਮੈਨੂੰ ਇਹਦਾ ਕੋਈ ਆਈਡੀਆ ਨਹੀਂ, ਚੋਰੀ ਕਰਨ ਆਇਆ ਸੀ ਕਿ ਕੁਛ, ਸਾਡੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਕਿਸੇ ਨਾਲ, ਹੁਣ ਇਹ ਨਹੀਂ ਪਤਾ। ਹੁਣ ਨਾਲ ਵਾਲੇ ਕਹਿੰਦੇ ਵੀ ਉੱਪਰ ਵੀ ਫਿਰ ਰਿਹਾ ਸੀ ਘਰ ਸਾਰਾ ਘੁੰਮ ਕੇ ਆਇਆ ਉਹ, ਕਿਉਂਕਿ ਉੱਪਰ ਵੀ ਮੈਂ ਗਈ ਨਾ, ਨੀਚੇ ਲੋਕ ਨਹੀਂ ਲਗਾ ਕੇ ਗਈ। ਚਲੋ ਰੋਜ਼ ਹੀ ਜਾਂਦੀ ਹਾਂ, ਲੋਕ ਮਹੱਲੇ 'ਚ ਘਰ ਹੈ, ਕਹਿੰਦੇ ਉੱਪਰ ਸਾਰਾ ਘੁੰਮ ਕੇ ਆਇਆ। ਪਤਾ ਨਹੀਂ, ਮੈਂ ਜਲਦੀ ਆ ਗਈ, ਉਹਨੂੰ ਕੁਛ ਨਹੀਂ ਮਿਲਿਆ। ਹੁਣ ਮੈਨੂੰ ਇਹਦਾ ਨਹੀਂ ਪਤਾ ਕੀ ਸੀ ਕੀ ਨਹੀਂ, ਇਹਦੀ ਕੋਈ ਆਈਡੀਆ ਨਹੀਂ, ਕੋਈ ਨਹੀਂ ਸੀ। ਮੇਰੇ ਹਸਬੈਂਡ ਦਾ ਦੁੱਧ ਦਾ ਕੰਮ ਹੈ, ਉਹ ਦੁੱਧ 'ਤੇ ਸੀ, ਅਸੀਂ ਦੋਨੋਂ ਹੀ ਸੀ। ਵੈਸੇ ਬੱਚਾ ਸਕੂਲ ਚਲਾ ਜਾਂਦਾ, ਛੁੱਟੀਆਂ ਨੇ 3-4 ਦਿਨ ਦੀਆਂ, ਅਸੀਂ ਇਕੱਲੇ ਹੀ ਸੀ। ਕੁੜੀਆ ਕਿਸ ਤਰ੍ਹਾਂ ਦਾ ਸੀ ਉਹਦਾ? ਕਾਦੇ ਤੇ ਸਾਮ ਸਾਈਕਲ ਤੇ ਸੀਗਾ, ਟੋਕਰੀ ਵਾਲੀ ਸਾਈਕਲ ਸੀ ਛੋਟੀ ਜੀ, ਸਾਮਲੇ ਜਿਹੇ ਰੰਗ ਦਾ ਸੀਗਾ, ਹਾਈਟ ਥੋੜੀ ਠੀਕ ਸੀ, 18-19 ਸਾਲ ਦਾ ਹੋਊਗਾ। ਹਾਂ ਮੈਂ ਜੇ ਚਾਕੂ ਮਾਰਦਾ ਫਿਰ ਤਾਂ ਮੈਂ ਗਈ ਸੀ। ਇਹ ਤਾਂ ਬੱਚਾ ਵੀ ਚਲੋ ਮੈਨੇ ਭੇਜਤਾ, ਰੱਬ ਦੀ ਪਤਾ ਨਹੀਂ ਉਹ ਸੀ, ਮੈਂ ਨੀਚੇ ਰੁਕ ਗਈ, ਜੇ ਮੈਂ ਉੱਪਰ ਚਲ ਜਾਂਦੀ ਫਿਰ ਅਸੀਂ ਦੋਨੋਂ ਖਤਮ ਸੀ, ਕਿਉਂਕਿ ਉੱਪਰ ਕਿਸੇ ਨੂੰ ਆਵਾਜ਼ ਵੀ ਨਹੀਂ ਆਉਣੀ ਸੀ ਕੋਈ ਚੀਕ ਚੀਕ। ਹੁਣ ਵੀ ਲੋਕਾਂ ਨੂੰ ਇਹ ਲੱਗਿਆ ਵੀ ਕੋਈ ਨਾ ਕਿਸੇ ਨੇ ਗਲੀ ਵਾਲੇ ਡੋਗੀ ਨੇ ਨਾ ਕੋਈ ਚੱਕ ਚੁੱਕ ਪਾ ਲਿਆ ਵੀ ਆਵਾਜ਼ ਉਹ ਚੀਕਣ ਦੀ ਇਹੋ ਜਿਹੀ ਆ ਰਹੀ ਹੈ, ਤਾਂ ਹੀ ਕੋਈ ਬਾਹਰ ਇੰਨਾ ਆਇਆ ਨਹੀਂ। ਜਦੋਂ ਮੈਂ ਬਾਹਰ ਆ ਕੇ ਚੀਕਾਂ ਮਾਰੀਆਂ ਫਿਰ ਮੱਲਾ ਆਇਆ। ਮੋਰਨਿੰਗ ਕਿੰਨੇ ਵਜੇ ਦੀ ਘਟਨਾ? ਅਸੀਂ ਗਏ ਹਾਂ 6:45 ਮੰਦਿਰ ਗਏ ਨਾ, 7:05 'ਤੇ ਸ਼ਾਇਦ ਅਸੀਂ ਘਰੇ ਆਇਆ, ਇਹ ਅੰਦਰ ਹੀ ਸੀ। ਇਹਨੇ ਪਿੱਛੋਂ ਦੀ ਮਾਰਿਆ ਨਾ, ਜਦੋਂ ਮੈਂ ਸਫਾਈ ਕਰ ਰਹੀ ਸੀ ਨਾ, ਮੈਨੂੰ ਨਹੀਂ ਪਤਾ ਚੱਲਿਆ ਕਿ ਉਹਨੇ ਕੀ ਕੀਤਾ ਕੀ ਨਹੀਂ। ਜਦੋਂ ਡੰਬਲ ਮੈਨੇ ਦੇਖਿਆ ਨਾ, ਜਦੋਂ ਸਿਰ 'ਤੇ ਮਾਰਨ ਲੱਗਿਆ, ਫਿਰ ਮੈਨੂੰ ਪਤਾ ਲੱਗਿਆ ਕਿ ਡੰਬਲ ਹੀ ਮਾਰਿਆ। ਡੰਬਲ ਹੀ ਸੀਗਾ ਸਾਡਾ ਹੀ, ਅਸੀਂ ਚੋਰ ਆ ਗਏ ਨਾ, 2-3 ਵਾਰੀ ਇਹਨਾਂ ਨੇ ਰੱਖਿਆ ਹੋਇਆ ਸੀ। ਚਲੋ ਗੇਟ ਵਗੈਰਾ ਵੀ ਨਹੀਂ ਹੈ ਹਲੇ, ਵੀ ਕੱਲ੍ਹ ਨੂੰ ਆ ਜਾਂਦਾ ਆਪਣੀ ਸੁਰੱਖਿਆ ਵਾਸਤੇ, ਉਹੀ ਡੰਬਲ ਚੱਕ ਕੇ ਉਹਨੇ ਮੇਰੇ ਮਾਰ। ਹਾਂਜੀ ਨੀਚੇ ਚੱਲ ਰਿਹਾ ਸਾਡੀ। ਮੈਂ ਕਹਿੰਦੀ ਚਲੋ ਫੜਿਆ ਜਾਵੇ, ਜਿਵੇਂ ਮੈਨੂੰ ਮਾਰਿਆ ਵੀ ਕਿਸੇ ਹੋਰ ਲੇਡੀਜ਼ 'ਤੇ ਜਾਂ ਹਮਲਾ ਨਾ ਹੋਵੇ, ਬੱਚੇ ਘਰ ਹੁੰਦੇ ਆ, ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ। ਕਿੰਨੇ ਸਟਿਚ ਲੱਗੇ ਤੁਹਾਡੇ? ਮੇਰੇ 15 ਸਟਿਚ ਸੀ। ਜਬ ਹਮ ਮੰਦਿਰ ਜਾ ਰਹੇ ਥੇ, ਹਮਾਰੇ ਚੋਰ ਪੀਛਾ ਕਰ ਰਹਾ ਥਾ। ਮੈਂ ਹਮ ਜਬ ਮੰਦਿਰ ਜਾਣੇ ਕੀ ਤਿਆਰੀ ਕਰ ਰਹੇ ਥੇ, ਮੈਂ ਨੀਚੇ ਖੜਾ ਥਾ, ਤਬ ਉਸਨੇ 2-3 ਗੇੜੇ ਵੀ ਲਗਾਏ ਆ, ਮੰਮੀ ਉੱਪਰ ਥੇ, ਫਿਰ ਹਮ ਮੰਦਿਰ ਕੇ ਨਿਕਲ ਕੇ ਵੋ ਪੀਛਾ ਵੀ ਕਰ ਰਹਾ ਥਾ। ਫਿਰ ਜਬ ਹਮ ਵਾਪਿਸ ਆਏ, ਮੰਮੀ ਨੇ ਮੁਝੇ ਸਬਜ਼ੀ ਲੈਣੇ ਭੇਜ ਦਿਆ, ਮੰਮੀ ਝਾੜੂ ਲਗਾ ਰਹੇ ਥੇ, ਵਾਸ਼ਰੂਮ ਮੇਂ ਕਿ ਬਿਜਲੀ ਵਾਲੇ ਆਏਂਗੇ। ਫਿਰ ਮੰਮੀ ਉਠਾਨੇ ਲਗੇ, ਪਤਾ ਨਹੀਂ ਚੋਰ ਨੇ ਫਿਰ ਪਿੱਛੇ ਸੇ ਮਾਰਾ, ਮੰਮੀ ਕੋ ਲਗਾ ਬੈਲੂਨ ਮਾਰਾ ਕਿਸੀ ਮੰਨੇ। ਫਿਰ ਮੁਝੇ ਚੀਕੇ ਕੀ ਆਵਾਜ਼ ਆਈ, ਮੁਝੇ ਲਗਾ ਕਿਸੇ ਕੁੱਤੇ ਨੇ ਕਾਟਾ ਹੋਗਾ ਗਲੀ ਮੇਂ। ਫਿਰ ਮੈਂ ਆਇਆ, ਫਿਰ ਮੈਨੇ ਗੇਟ ਖੋਲਾ, ਫਿਰ ਚੋਰ ਦੇਖਾ ਮੈਨੇ, ਵੋ ਭਾਗ ਗਿਆ। ਮੰਮੀ ਬੇਹੋਸ਼ ਪੜੀ ਥੀ, ਬਲੱਡ ਨਿਕਲ ਰਹਾ ਥਾ। ਹਮ ਬਲੱਡ ਨਿਕਲ ਰਹਾ ਥਾ, ਮੰਮੀ ਬੇਹੋਸ਼ ਨਹੀਂ ਥੇ, ਥੱਲੇ ਪੇ ਬੈਠੇ ਥੇ। ਕਾਫੀ ਪੀਟਾ ਮੰਮੀ ਕੋ? ਇਹ ਜੀ ਘਰ ਦੇ ਵਿੱਚ ਹਮਲਾ ਹੋਇਆ ਮੇਰੀ ਵਾਈਫ ਦੇ ਉੱਪਰ। ਮੰਦਰ ਗਏ ਸੀਗੇ ਮੇਰੇ ਵਾਈਫ, ਔਰ ਮੰਦਰ ਦੇ ਵਿੱਚ ਉਧਰੋਂ ਤੋਂ ਹੀ ਫੋਲੋ ਕਰ ਰਿਹਾ ਸੀਗਾ, ਔਰ ਵਾਪਸ ਆਉਣ ਤੋਂ ਪਹਿਲਾਂ ਉਹ ਪਹਿਲਾਂ ਹੀ ਘਰ ਦੇ ਵਿੱਚ ਵੜ ਚੁੱਕਿਆ ਸੀਗਾ। ਆ ਸਾਹਮਣੇ ਤੁਸੀਂ ਦੇਖ ਰਹੇ ਹੋ, ਰਸੋਈ ਹਲੇ ਤਿਆਰ ਹੋ ਰਹੀ ਹੈ, ਉਹਦੇ ਵਿੱਚ ਘਰ ਦੇ ਵਿੱਚ ਟੰਬਾ ਪਿਆ ਸੀਗਾ, ਔਰ ਇਹ ਟੰਬਾ ਲੈ ਕੇ ਬੈਠਿਆ ਹੋਇਆ ਸੀਗਾ। ਜਿਵੇਂ ਹੀ ਉਹ ਅੰਦਰ ਆਏ ਇੱਧਰ ਸਫਾਈ ਕਰਨ ਲੱਗੇ, ਤਾਂ ਉਹਨੇ ਪਿੱਛੋਂ ਦੀ 3-4 ਵਾਰ ਕੀਤਾ। ਆ ਦੇਖ ਸਕਦੇ ਹੋ ਤੁਸੀਂ ਕਿੰਨਾ ਭਾਰੀ ਟੰਬਾ ਹੈ, ਕਿ ਅਗਰ ਇੱਕ ਵੀ ਸਿਰ ਦੇ ਵਿੱਚ ਪੈ ਜਾਂਦਾ ਤਾਂ ਸਿਰ ਕਿਵੇਂ ਖੁੱਲ ਸਕਦਾ। ਉਹਨੇ 4 ਵਾਰ ਕੀਤੇ ਆ ਜੀ, ਇੱਕ ਪਿੱਠ 'ਤੇ ਹੋਇਆ, 3 ਸਿਰ ਦੇ ਵਿੱਚ ਲੱਗੇ ਨੇ, ਉਸ ਤੋਂ ਬਾਅਦ ਚਾਕੂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨੇ, ਔਰ 3 ਸਿਰ ਵਿੱਚ ਲੱਗੇ ਨੇ ਜੀ। ਸਟਿਚਿਸ 15 ਸਟਿਚਿਸ ਲੱਗੇ ਨੇ ਜੀ।
वो चाकू मारन की कोशिश की थी, उधर मेरा बेटा आ गया, उन्हें गेट खोलिया, उन्हें गेट का खड़का सुन के वो भजदा हो गया, नहीं तो शायद चाकू नाल वार करता। जो जी जी हमला किया तो मारन की नीयत वाला ही लग रहा। नहीं जी अपनी किसी कोई दुश्मनी भी नहीं, अनजान बंदा से बिल्कुल। हम अभी प्रशासन तो यही मंग करते हैं भी यह जे बंद जल्दी तो जल्दी फड़िया जाए ता कि कोई होर वारदात को अंजाम ना दे पाए। की लगता किस नीत नाल आया सी जिहड़ा कुटमार कीती आ? नीत वीर जी जिहा जिहा लग रहा तो मारन की कोशिश हुई है, हुण आपां किसे ते कुछ तो नहीं कह सकते, नशे वाला कुछ। हाँ जी कोई चोरी भी कर सकता सीगा। जदों घर दे गए उदों उपर कुटल लुक गया के? नहीं जी उपर तो हाँ करते चले गए, उपर भी जरूर गेड़ा खा के आया, गुआढ़ियों की भी गया सी क्योंकि ना बार बच्चों ने देखा कि एक बंदा उपर भी फिरता सी तुहाडे उहदे मंदिर च जाणते और आण दे विचों मन उपर भी गेड़ा खा आया और इधर लुकया होया सीगा, उन्होंने हमला किया आण दे बाद नाल दी नाल। एमएलआर वसूल हुई सी उहदे संबंध च असीं बयान लिखण गए सीगे ਤਾਂ ਜੋ ਜਿਹਦੇ 'ਤੇ ਹਮਲਾ ਹੋਇਆ ਉਹਨੇ ਦੱਸਿਆ ਵੀ ਉਹਦੇ ਸਿਰ 'ਚ ਬੇਸਬੋਲ ਮਾਰੀ ਹੈ, ਉਹਦੇ ਘਰ 'ਚ ਵੜ ਕੇ ਉਹਦੇ ਘਰੋਂ ਹੀ ਚੱਕ ਕੇ ਅਤੇ ਬਸ ਉਹ ਬੰਦਾ ਗ੍ਰਿਫਤਾਰ ਕਰ ਲਿਆ। ਕਾਰਨ ਹਜੇ ਕੋਈ ਇਨਵੈਸਟੀਗੇਸ਼ਨ 'ਚ ਅੱਗੇ ਆਊਗਾ, ਹਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ। ਲੇਡੀਜ਼ ਦੇ ਕਿੰਨੇ ਸਟਿਚ ਲੱਗੇ? ਲੇਡੀਜ਼ ਦੇ 12-15 ਸਟਿਚ ਅਪਰੋਕਸੀਮੇਟ ਦੱਸ ਰਹੇ ਨੇ ਡਾਕਟਰ ਐਜ਼ ਪਰ ਡਾਕਟਰ, ਬਾਕੀ ਹਜੇ ਐਕਸਰੇ ਰਿਪੋਰਟਾਂ ਬਾਕੀ ਰਿਪੋਰਟਾਂ ਹਜੇ ਲੈਣੀਆਂ ਬਾਕੀ। ਬਸ ਅਸੀਂ ਦੋਸ਼ੀ ਅਰੈਸਟ ਕਰ ਲਿਆ, ਉਹਨੂੰ ਅਦਾਲਤ ਪੇਸ਼ ਕਰਾਂਗੇ ਜੋ ਬਾਕੀ ਕੋਰਟ ਦਾ ਹੁਕਮ ਹੋਏਗਾ। ਉਸ ਨੀਅਤ ਇਨਵੈਸਟੀਗੇਸ਼ਨ ਚਾਹੀਦੀ, ਹਜੇ ਕੋਈ ਕਲੀਅਰ ਨਹੀਂ ਹੋਈ ਹੈਗੀ ਨੀਤ ਵੱਲੋਂ।